ਇਹ ਕੁਸ਼ਤੀ ਹੈ ਅੱਜ ਦੇ ਦੰਗਲ ਦੀ ਕਹੇ ਸਿਰੇ ਦੀ ਕੁਸ਼ਤੀ ਹੈ ਇੱਕ ਵਾਰ ਫਿਰ ਤੋਂ ਧੰਨਵਾਦ ਕਰਦੇ ਆ ਆ ਬਾਈ ਹਰਮਿੰਦਰ ਮੰਦੂ ਨਿਊਜ਼ੀਲੈਂਡ ਤੇ ਬਾਈ ਧਰਮਵੀਰ ਸਿੰਘ ਰਾਣੂ ਕੈਨੇਡਾ ਬਾਈ ਪੰਮੂ ਗਿੱਲਾ ਜਿਨ੍ਹਾਂ ਨੇ ਸਵਰਗਿਆ ਸ਼ੰਮਾ ਸਿੰਘ ਪਹਿਲਵਾਨ ਆਪਣੇ ਪਿਤਾ ਜੀ ਦੀ ਯਾਦ ਵਿੱਚ ਔਰ ਮਾਸਟਰ ਮੋਹਲਾ ਜੀ ਅਤੇ ਸਵਰਗਿਆ ਗ੍ਰਮੀਤ ਸਿੰਘ ਜੀ ਫੌਜ ਦੀਨ ਦੀ ਯਾਦ ਵਿੱਚ ਬੁਲਟ ਮੋਟਰਸਾਈਕਲ ਦੀ ਸੇਵਾ ਦਿੱਤੀ ਹੈ ਤੇ ਬੁਲਟ ਮੋਟਰਸਾਈਕਲ ਦਿੱਤਾ ਹੈ ਅੱਜ ਦੇ ਇਸ ਦੰਗਲ ਦੇ ਵਿੱਚ ਤੇ 2025 ਦੇ ਲਈ ਵੀ ਬੁਲਟ ਹੈ ਤੇ 2027 ਦੇ ਲਈ ਵੀ ਬੁਲਟ ਹੈ ਇਹਨਾਂ ਵੀਰਾਂ ਦੇ ਵੱਲੋਂ ਲਓ ਚੱਲਦੀ ਹੋਈ ਕੁਸ਼ਤੀ ਇੱਕ ਪਾਸੇ ਆਜੇ ਆਜੇ ਗੱਜਰ ਬਾਰਨ ਵਾਲਾ ਨੀਲੇ ਰੰਗ ਦੇ ਲੰਗੋਟੇ ਦੇ ਵਿੱਚ ਹੈ ਔਰ ਦੂਸਰੇ ਪਾਸੇ ਮਿਰਜਾ ਇਰਾਨ ਵਾਲਾ ਏ ਮਿਰਜਾ ਇਰਾਨ ਵਾਲਾ ਉਹਦੇ ਧੰਨਵਾਦ ਕਰਦਾ ਸਾਡਾ ਵੀਰ ਲੱਕੀ ਲੜੀਆਂ ਵਾਲਾ ਉਦੇ ਵੱਲੋਂ ਵੀ ਵੱਡੇ ਮਾਨ ਪੁੱਜਦੇ ਹੋਏ ਆ ਇਹਨਾਂ ਪੰਜਾਬੀ ਬੋਲਾ ਤੋਂ ਖੁਸ਼ ਹੋ ਕੇ ਕਹਿੰਦਾ ਉਹ ਰਾਤਾਂ ਨੂੰ ਨਹੀਂ ਸੌਂਦੇ ਜਿਨ੍ਹਾਂ ਦਿਨੇ ਅੱਗ ਲਾਉਣੀ ਕਿ ਉਹ ਡਰਦੇ ਨਹੀਂ ਹੁੰਦੇ ਜਿਨ੍ਹਾਂ ਦੁਨੀਆ ਡਰਾਉਣੀ ਕਹਿੰਦਾ ਕਈ ਵਾਰੀ ਅੱਖਾਂ ਉੱਤੇ ਬੰਨ੍ਹ ਪੱਟੀਆਂ ਉਹ ਧਾਗੇ ਸੂਈ ਵਾਲੇ ਨੱਕੇ 'ਚੋਂ ਲੰਘਾਉਣੇ ਪੈਂਦੇ ਨੇ ਐਵੇਂ ਲੋਕੀ ਰਹਿੰਦੇ ਚੰਗੇ ਦਿਨ ਢੀਕਦੇ ਦਿਨ ਆਉਂਦੇ ਨਹੀਂ ਦਿਨ ਲਿਆਣੇ ਪੈਂਦੇ ਨੇ ਉਹ ਦਿਨ ਚੰਗੇ ਆਉਂਦੇ ਨਹੀਂ ਪਰ ਸੱਤ ਸਮਝਾਤਾ ਪਾਰ ਕਿਸੇ ਦਾ ਦਿਲ ਨਹੀਂ ਕਰਦਾ ਉਹਨਾਂ ਵੀਰਾਂ ਦੇ ਲਈ ਕੁਝ ਲੈਣਾ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਜਲਦੀ ਹੋਈ 2 ਨੰਬਰ ਦੀ ਝੰਡੀ ਦੀ ਕੁਸ਼ਤੀ ਕਿ ਆਪਣੇ ਪਿੰਡ ਦੇ ਬੋੜਾਂ ਜਈ ਨਾ ਸ਼ਾਂ ਲੱਭਣੀ ਨਾ ਜਾਇਓ ਪਰਦੇਸ ਉੱਥੇ ਨਹੀਂ ਮਾਂ ਲੱਭਣੀ ਨਾ ਜਾਇਓ ਪਰਦੇਸ ਉੱਥੇ ਨਹੀਂ ਮਾਂ ਲੱਭਣੀ ਉੱਥੇ ਆਪਣੇ ਕੰਮ ਨਾਲ ਮਤਲਬ ਹੈ ਕੋਈ ਦੁੱਖ ਤੇ ਦਰਦ ਵੰਡਾਉਂਦਾ ਨਹੀਂ ਆ ਪੁੱਤਰਾ ਖਾ ਲਿਆ ਰੋਟੀ ਵੇ ਕੋਈ ਬਾਜਾ ਮਾਰ ਬੁਲਾਉਂਦਾ ਨਹੀਂ ਉੱਥੇ ਟੁੱਟ ਕੇ ਮਰਨਾ ਪੈਣਾ ਰੋਟੀ ਤਾਂ ਲੱਭਣੀ ਨਾ ਜਾਇਓ ਪਰਦੇਸ ਉੱਥੇ ਨਹੀਂ ਮਾਂ ਲੱਭਣੀ ਨਾ ਜਾਇਓ ਪਰਦੇਸ ਉੱਥੇ ਨਹੀਂ ਮਾਂ ਲੱਭਣੀ ਧੰਨਵਾਦ ਹੈ ਐਨ ਆਰ ਆਈ ਵੀਰਾਂ ਦਾ ਕਲਵਾ ਪਹਿਲਵਾਨ ਜੀ ਮਾੜਾ ਇਧਰ ਮਾਨਸਮਾਨ ਲਓ ਗੱਗੂ ਵੀਰੋਣਾ ਵੱਲੋਂ ਮਾਨਸਮਾਨ ਹੋਣਿਆ ਤੁਹਾਡੇ ਕਲਵਾ ਪਹਿਲਵਾਨ ਜੀ ਇਧਰ ਕੋਕੀ ਵੀਰੋਣਾ ਵੱਲੋਂ ਮਾਨਸਮਾਨ ਹੈ ਆਇਓ ਪਲੀਜ਼ ਬਾਕੀਵਾ ਧੰਨਵਾਦ ਹੈ ਲਓ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਪਹਿਲਵਾਨਾਂ ਦਰਮਿਆਨ ਕਹਿੰਦਾ ਸ਼ਰਮਸਿਆਣ ਬਸ ਸਾਦਗੀ ਤਿੰਨੇ ਗਹਿਣੇ ਮਟਿਆਰ ਦੇ ਉਹ ਘਰੇ ਆ ਕੇ ਜਿਹੜਾ ਚੁੱਲ੍ਹੇ ਵੱਲ ਝਾਕਦਾ ਲੱਖ ਲਾਹਣਤਾ ਨੇ ਇਹੋ ਜਹੇ ਯਾਰ ਦੇ ਕਿ ਚੁੱਪ ਕੀਤੇ ਆਉਂਦੇ ਨਹੀਂ ਉਹ ਖੁਸਰੇ ਤੇ ਰੌਲਾ ਪਾ ਕੇ ਆਉਂਦੇ ਨਹੀਂ ਉਹ ਚੋਰ ਪਾਰਸਾ ਨਹੀਂ ਉਹ ਲੱਗਦੇ ਦਰਖਤਾਂ ਨੂੰ ਹੌਸਲੇ ਤੇ ਨਾ ਤੱਕੜੀ ਚ ਤੋਲੇ ਜਾਂਦੇ ਜੋਰ ਪਾਰਸਾ ਨਾ ਤੱਕੜੀ ਚ ਤੋਲੇ ਜਾਂਦੇ ਵਾਹ ਵੀ ਵਾਹ ਵਾਕਿਆ ਚੱਲਦੀ ਹੋਈ ਕੁਸ਼ਤੀ ਇਹਨਾਂ ਨੌਜਵਾਨਾਂ ਦਰਮਿਆਨ ਕਹਿੰਦਾ ਚੀਰ ਦਿੰਦੇ ਨੇ ਪਹਾੜ ਹੁੰਦਾ ਜਿਨ੍ਹਾਂ ਨੂੰ ਜਨੂਨ ਆ ਉਹ ਰਈ ਕੇ ਮੰਜਲਾ ਤੋਂ ਦੂਰ ਕਿੱਥੇ ਮਿਲਦਾ ਸਕੂਨ ਕੇ ਹਾਰਦੇ ਨਹੀਂ ਹੁੰਦੇ ਕਦੇ ਮਰਦੇ ਦਲੇਰ ਤੁਸੀਂ ਹੌਸਲੇ ਬਣਾ ਕੇ ਬੱਸ ਬੰਬ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਯਾਰੀ ਜੰਗ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਯਾਰੀ ਜੰਗ ਰੱਖਿਓ ਵਾਹ ਵਈ ਵਾਹ ਕਿ ਜਿਹੜਾ ਤੀਰ ਨਿਸ਼ਾਨੇ ਖੁੰਝਦੇ ਉਹ ਕਾ ਦਾ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰ ਜੇ ਵਾਰ ਉਹਦੀ ਜਿੱਤ ਹਮੇਸ਼ਾ ਦੋਸਤੋ ਉਹ ਜਿਹੜਾ ਪਹਿਲਾਂ ਕਰ ਜੇ ਵਾਰ ਖੇਡ ਕੋਈ ਵੀ ਹੋਵੇ ਹੌਸਲੇ ਦੀ ਪਹਿਲਵਾਰ ਜਿੱਤ ਵੀ ਜਾ ਵਾਹ ਵੀ ਵਾਹ ਪੱਕਾ ਚਲਦੀ ਹੋਈ ਕੁਸ਼ਤੀ ਇਹਨਾਂ ਨੌਜਵਾਨ ਦਰਮਿਆਨਾ ਕਹਿੰਦਾ ਕਿ ਕਿਹੜਾ ਚੋਬਰਾਂ ਦਾ ਉਹ ਜੁੱਸੇ ਨਾਲ ਮਿਹਨਤਾ ਚੰਡੇ ਗੁਰਲਾ ਉਸਤਾਦਾਂ ਤੋਂ ਖੜਕਾਉਂਦੇ ਵਿੱਚ ਮਦਾਨੀ ਖੰਡੇ ਖੁਰਾਕਾ ਹੱਤੀ ਖਵਾਉਂਦੇ ਨੇ ਮਾਪੇ ਕਰਨ ਤਪੱਸਿਆ ਭਾਰੀ ਰਾਮਪੁਰ ਵਾਲਿਆ ਮੇਲਿਆਂ ਚ ਬੋਲਦੀ ਕੀਤੀ ਵੇਖ ਤਿਆਰੀ ਉਹ ਰਾਮਪੁਰ ਵਾਲਿਆ ਮੇਲਿਆਂ ਚ ਬੋਲਦੀ ਕੀਤੀ ਵੇਖ ਤਿਆਰੀ ਉਧਰ ਸਾਡਾ ਵੀਰ ਹੈ ਭਾਈ ਪੰਮੂ ਕੁਵੈਤ ਵਾਲਾ ਬੈਠਾ ਹੋਇਆ ਹੈ ਕਹਿੰਦਾ ਵੀ 2025 ਦੇ ਲਈ ਬੁਲਟ ਮੋਟਰਸਾਈਕਲ ਦਿੱਤਾ ਜਾਣਾ ਤੇ 27 ਦੇ ਵਿੱਚ ਵੀ ਬੁਲਟ ਮੋਟਰਸਾਈਕਲ ਤੇ ਨਾਲ ਇਹਨਾਂ ਬੋਲਾ ਲਈ 2100 ਪਹੁੰਚਦਾ ਹੋਇਆ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾ ਬੋਲਾ ਤੋਂ ਖੁਸ਼ ਹੋ ਕੇ 2100 ਪੁੱਜਦਾ ਹੋਇਆ ਤੇ ਆਹ ਕੁਸ਼ਤੀ ਮੈਦਾਨ ਦੇ ਵਿੱਚ ਐਨਾ ਨੌਜਵਾਨਾਂ ਦਰਮਿਆਨਾ ਕਹਿੰਦਾ ਡਿੱਗ ਡਿੱਗ ਉੱਠਦੇ ਦਲੇਰ ਸੋਹਣਿਆ ਇਰਾਦਿਆਂ ਦੇ ਪੱਕੇ ਹੌਸਲੇ ਨਹੀਂ ਛੱਡਦੇ ਉਹ ਜਿਨ੍ਹਾਂ ਨੇ ਅਤੀਤ ਵਿੱਚ ਹਾਰਾਂ ਵੇਖੀਆਂ ਉਹੀ ਨੇ ਫਿਊਚਰਾਂ 'ਚ ਚੰਡੇ ਘੱਟਦੇ ਕਿ ਮੂੰਹ ਦੇ ਉੱਤੇ ਦਿੰਦੇ ਲੋਕ ਹੱਲਾ ਸ਼ੇਰੀਆਂ ਤੇ ਪਿੱਠ ਪਿچھے ਕਾਲੇ ਹੁੰਦੇ ਥੱਲੇ ਲਾਉਣ ਨੂੰ ਉਹ ਮਿਹਨਤਾਂ ਦੀ ਸੂਈ ਰੱਖ ਲਾਲ ਟੱਕ ਤੇ ਨੀਲੀ ਛੱਤ ਵਾਲਾ ਬੈਠਾ ਗੱਲ ਸਿਰੇ ਲਾਉਣ ਨੂੰ ਨੀਲੀ ਛੱਤ ਵਾਲਾ ਬੈਠਾ ਗੱਲ ਸਿਰੇ ਲਾਉਣ ਨੂੰ ਸ਼ਾਨਦਾਰ ਚਲਦੀ ਹੋਈ 2 ਨੰਬਰ ਦੀ ਝੰਡੀ ਦੀ ਕੁਸ਼ਤੀ ਕਿ ਜਉਣਾ ਪਿੰਡ ਮਾੜਾਂ ਦਾ ਸੋਨੀ ਸੁੱਚਾ ਸੂਰਾ ਸਵਾ ਦਾ ਤਿੰਨੋਂ ਮਰਦ ਸੂਰਮੇਸੀ ਮੁੱਲ ਮੋੜ ਕੇ ਰੱਖੇ ਨਾਂ ਦਾ ਇਹ ਨਹੀਂ ਨਵਾ ਸਕਦੇ ਨਾ ਲਾਏ ਕਿਸੇ ਨਾਲ ਯਾਰੀ ਝੰਡੇ ਹੋਏ ਕੰਮ ਦਿੰਦੇ ਨੇ ਤੇ ਲੱਖ ਰੁਪਏ ਤੇ ਖਿਡਾਰੀ ਝੰਡੇ ਹੋਏ ਕੰਮ ਦਿੰਦੇ ਨੇ ਜੱਸੀਆ ਤੇ ਲੱਖ ਰੁਪਏ ਤੇ ਖਿਡਾਰੀ ਸ਼ਾਨਦਾਰ ਚਲਦੀ ਹੋਈ ਕੁਸ਼ਤੀ ਗੱਗੂ ਗੇਲਡ ਬਈ ਕੋਕੀ ਦੀਪ ਸਾਡਾ ਵੀਰ ਬਈ ਜੀਤੀ ਰੌਲੀ ਬਈ ਸਾਡੇ ਵੀਰ ਵੱਡੇ ਕਹਿੰਦੇ ਅੱਜ ਦੇ ਇਸ ਵੱਡੇ ਕੁਸ਼ਤੀ ਦੰਗਲ ਲਈ ਬਹੁਤ ਵੱਡੇ ਸਹਿਯੋਗ ਨੇ ਝੰਡੀ ਦੀ ਕੁਸ਼ਤੀ ਆਉਣੀ ਹੈ ਜਿਹੜੀ ਸਿਕੰਦਰ ਸ਼ੇਖ ਤੇ ਪ੍ਰਦੀਪ ਹੀਰਕ ਪਰਦੇ ਦੇ ਦਰਮਿਆਨ ਗੱਗੂ ਗੇਲਡ ਬਈ ਗਿੱਲ ਪਰਿਵਾਰ ਵੱਲੋਂ ਕਹਿੰਦੇ ਅਲਟੋ ਗੱਡੀ ਦਿੱਤੀ ਜਾਣੀ ਹੈ ਨਾ ਤਰੀਕ ਜਿਹੜੀ ਆ 24 ਸਤੰਬਰ ਸੌਰੀ 25 ਸਤੰਬਰ 25 ਸਤੰਬਰ ਜਿਹੜਾ ਮਾਦਰੀ ਗੁਜਰਾ ਦਾ ਦੰਗਲ ਹੋਵੇਗਾ ਉਹ ਬੱਲੇ 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 ਕਰਨ ਮਾਜਰੀ ਗੁਜਰਾਵਾਲਾ ਉੱਚੇ ਚੇਤੇ ਤੌਰ ਤੇ ਪੁੱਜ ਰਿਹਾ ਜਿੱਥੇ ਪਹਿਲਵਾਨ ਅਮੇਸ਼ ਮਾਤਰਾ ਤੇ ਭਪਿੰਦਰ ਅਜ ਨਾਲੇ ਦੀ ਗੁਸਤੀ ਬੰਨੀ ਹੈ ਅੱਜੇ ਬਾਰਨ ਤੇ ਮਿਰਜ਼ਾ ਇਰਾਨ ਹੋਰ ਵੀ ਚੋਟੀ ਦੇ ਮੱਲ ਪੁੱਜਣਿਆ ਕਰਨ ਮਾਜਰੀ ਗੁਜਰਾਵਾਲਾ ਪੁੱਜਿਆ ਹੋਇਆ ਏ 25 ਤਰੀਕ ਮਾਜਰੀ ਗੁਜਰਾ ਦੰਗਲ ਹੋਵੇਗਾ ਪਰ ਆ ਗੁਸਤੀ ਬੜੀ ਪਿਆਰੀ ਹੈ ਇਹਨਾਂ ਨੌਜਵਾਨਾਂ ਦਰਮਿਆਨ ਕਹਿੰਦਾ ਠੁੱਕਰਾ ਸਕਾਉਂਦੀਆਂ ਨੇ ਬੱਲ ਜਾਣ ਦਾ ਉਹ ਥਾੜੀ ਚ ਪਰੋਸ ਕੇ ਕੋਈ ਦਿੰਦਾ ਰਾਜਨਾ ਉਹ ਸੂਰਜਾਂ ਦੇ ਵਾਂਗੂ ਸੋਹਣੀ ਪੈਂਦਾ ਤਪਣਾ ਉਹ ਮੰਗਵੇਂ ਸਿਰਾਂ ਦੇ ਉੱਤੇ ਸੋਹnde ਤਾਜਨਾ ਕਿ ਹਾਰਾਂ ਜਿੱਤਾ ਉਸ ਪ੍ਰਮਾਤਮਾ ਦੇ ਹੱਥ ਹੁੰਦੀ ਸੋਨੇ ਤੇ ਸੁਹਾਗਾ ਜੀਦਦਾਰੀ ਮਿੱਤਰੋ ਉਹਨਾਂ ਦੇ ਹੀ ਪੈਰ ਕਮ ਜਾਬੀ ਚੁੰਮਦੀ ਸੁੱਤੇ ਪੈ ਵੀ ਜੋ ਰੱਖਦੇ ਤਿਆਰੀ ਮਿੱਤਰੋ ਉਹਨਾਂ ਦੇ ਹੀ ਪੈਰ ਕਮ ਜਾਬੀ ਚੁੰਮਦੀ ਸੁੱਤੇ ਪੈ ਵੀ ਜੋ ਰੱਖਦੇ ਤਿਆਰੀ ਮਿੱਤਰੋ ਲਾਓ ਇਹ ਬੀਜ ਰੱਖਦੇ ਤਿਆਰੀ ਮਿੱਤਰੋ ਜੇ ਕੁਸ਼ਤੀਆਂ ਦਾ ਆਨੰਦ ਆਇਆ ਤਾਂ ਇੱਕ ਵਾਰ ਤਾੜੀਆਂ ਲਾ ਦਿਓ ਲੈੜੀਆਂ ਵਾਲਿਆਂ ਦੇ ਨਾਂ ਤੇ ਤਾੜੀਆਂ ਮਾਰ ਦਿਓ ਜ਼ੋਰਦਾਰ ਇੱਕ ਵਾਰੀ ਜਿੱਤੀ ਰੌਲੀ ਤੇ ਮੇਜਰ ਡੋਮੇ ਵਾਲ ਜਿੱਤ ਭਈ ਸਾਡੇ ਵੀਰ ਵੱਡੇ ਸਹਿਯੋਗ ਨੇ ਸਾਡੇ ਵੀਰਾਂ ਵੱਲੋਂ ਬਹੁਤ ਸ਼ਾਨਦਾਰ ਚੱਲਦੀ ਹੋਈ ਕੁਸ਼ਤੀ ਹੈਲੋ ਸਾਊਂਡ ਵਾਲੇ ਵੀਰ ਥੋੜਾ ਸਮਾਂ ਬਾਕੀ ਬਹੁਤ ਵਧੀਆ ਸਾਊਂਡ ਹੈ ਤੇਰਾ ਪੂਸ਼ਵਾਕੀ ਹੈ ਸਿਰਫ ਲਓ ਹਾਂ ਲਓ ਇੱਕ ਪਾਸੇ ਈਰਾਨ ਵਾਲਾ ਪਹਿਲਵਾਨ ਹੈ ਮਿਰਜ਼ਾ ਈਰਾਨ ਅਖਾੜਾ ਮੁੱਲੱ ਪਰ ਗਰੀਬਦਾਸ ਔਰ ਦੂਸਰੇ ਪਾਸੇ ਅਜੇ ਗੁਜਰ ਬਾਰਨ ਤੇ ਗੁਰਦੇਵ ਪਹਿਲਵਾਨ ਦਾ ਪਠਾਏ ਬੜੀ ਪਿਆਰੀ ਗੁਸਤੀ ਹੈ ਆਇਨਾ ਨੌਜਵਾਨਾਂ ਦਰਮਿਆਨ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਪਰ ਜ਼ੋਰ ਲੱਗਿਆ ਹੋਇਆ ਏ ਕਹਿੰਦਾ ਬਰਾਬਰ ਦੀ ਜੋੜ ਬੱਜਦੀਆਂ ਪਕੜਾ ਉਹ ਤੋੜਾ ਤੋੜਾ ਲੱਗਿਆ ਪਿਆਏ ਜ਼ੋਰਦਾਰ ਮੈਂਟਮੈਂਟ ਲੰਘਦਾ ਪਹਾੜ ਵਰਗਾ ਉਹ ਧੌਣ ਤੇ ਬਗਾਨਾ ਜਦੋਂ ਮਿੱਟੀ ਭੋਰਦਾ ਕਿ ਸਾਹ ਨਾਲ ਰਲਦਾ ਨਹੀਂ ਸਾਹ ਮੱਲਾਂ ਦੇ ਉਹ ਟਿੱਡੀ ਆ ਜਲੇਬੀ ਵਾਂਗੂ ਮੱਲੀ ਮਿੱਤਰੋ ਉਹ ਸੋਨੀ ਡੂ ਮਛੇੜੀ ਗੱਲਾਂ ਲਿਖੇ ਸੱਚੀਆਂ ਕਿ ਸੁਣਨ ਵਾਲੀ ਆ ਕੱਲੀ ਕੱਲੀ ਮਿੱਤਰੋ ਸੁਣ ਸੁਣ ਡੰਬਛੇੜੀ ਗੱਲਾਂ ਲਿਖੇ ਸੱਚੀਆਂ ਸੁਣਨ ਵਾਲੀ ਆ ਕੱਲੀ ਕੱਲੀ ਮਿੱਤਰੋ ਇੱਕ ਨੰਬਰ ਦੀ ਜਿਹੜੀ ਝੰਡੇ ਦੀ ਕੁਸ਼ਤੀ ਹੋਣੀ ਹੈ ਸਿਕੰਦਰ ਸ਼ੇਖ ਤੇ ਪ੍ਰਦੀਪ ਜੀਰਕਪੁਰ ਮਾਲਾ ਤਿਆਰ ਬਤ ਤਿਆਰ ਰਣਗੇ ਲੈੜੀਆਂ ਨਗਰ ਜਿਲ੍ਹੇ ਰੋਪੜ ਦਾ ਤਸੀਹ ਨੰਦਪੁਰ ਸਾਹਿਬ ਦੀ ਧਰਤੀ ਹੈ ਇਸ ਧਰਤੀ ਦੇ ਉੱਤੇ ਸਾਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਕਲਗੀਆਂ ਵਾਲੇ ਪਾਸ਼ਾ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ ਕਿ ਕਲਗੀ ਵਾਲਿਆ ਤੇਰੇ ਸਕੂਲ ਅੰਦਰ ਮੈਂ ਤਾਂ ਸੁਣਿਆ ਲੱਗਦੀ ਫੀਸ ਕੋਈ ਨਾ ਸੋਭਾ ਸੁਣ ਕੇ ਦਾਗਲ ਆਣ ਹੋਇਆ ਦੇ ਨੇ ਪੈਣਗੇ 20 ਤੇ 30 ਕੋਈ ਨਾ ਐਸੀ ਜਗ ਤੇ ਕੈਮ ਮਿਸਾਲ ਕੀਤੀ ਕਰ ਸਕਦਾ ਜਿਸ ਦੀ ਰੀਸ ਕੋਈ ਨਾ ਛਾਤੀ ਮਾਰੀ ਮੈਂ ਜਦੋਂ ਜਮਾਤੇ ਅੰਦਰ ਪੜਨ ਵਾਲਿਆਂ ਦੇ ਸਿਰਾਂ ਤੇ ਸੀਸ ਕੋਈ ਨਾ ਪੜਨ ਵਾਲਿਆਂ ਦੇ ਸਿਰਾਂ ਤੇ ਸੀਸ ਕੋਈ ਨਾ ਤੁਸੀਂ ਭਾਗਾਂ ਵਾਲਿਓ ਤੁਸੀਂ ਕਰਮਾਂ ਵਾਲਿਓ ਵਾਹ ਵਈ ਵਾਹ ਲਓ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਪਹਿਲਵਾਨਾਂ ਦਰਮਿਆਨ ਹਾਂਜੀ ਜੱਸੀ ਜੀ ਕਹਿੰਦਾ ਹਾਂਜੀ ਹਾਂਜੀ ਗੱਗੂ ਗਿਲਡ ਭਾਈ ਐਲਾਨ ਕਰਦੇ ਆ ਸਾਡੇ ਵੀਰ ਕੋਕੀ ਡਬਈ ਸਾਡਾ ਵੀਰ ਕਹਿੰਦੇ ਇਹੜਾ ਵੀ ਪਹਿਲਵਾਨ ਠੀਕ ਆ ਜੀ ਇਹਨਾਂ ਦੋਨਾਂ ਚ ਜਿਹੜਾ ਵੀ ਪਹਿਲਵਾਨ ਜਿੱਤੇਗਾ 4100 ਦਿੱਤੇ ਜਾਣਗੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਭਾਈ ਕੋਕੀ ਦੀਪਾ ਤੇ ਭਾਈ ਗੱਗੂ ਗੱਲ ਦਵਾਈ ਵਾਲੇ ਦਾ ਬੜਾ ਧੰਨਵਾਦ ਕਰਦੇ ਆਂ 4100 5000 25 25 ਤਾੜੀ ਮਾਰਦੇ ਇੱਕ ਵਾਰ ਵਾਹ ਬਈ ਵਾਹ 5000 ਜਿਹੜਾ ਇਹਨਾਂ ਪਹਿਲਵਾਨ ਨੂੰ ਦਿੱਤਾ ਜਾਣਾ ਕਹਿੰਦਾ ਚੱਕੀ ਦੇ ਆ ਪੋੜਾ ਵਾਂਗੂ ਚੌੜੀਆਂ ਨੇ ਛਾਤੀਆਂ ਉਹ ਪਾ ਕੇ ਲੰਗੋਟੇ ਮੱਲ ਮਾਰਦੇ ਨੇ ਥੱਪੀਆਂ ਕੇ ਨਾਮ ਰੱਬ ਦਾ ਧਿਆਕੇ ਸਿਰ ਉਸਤਾਦ ਨੂੰ ਝੁਕਾਕੇ ਆਉਂਦੇ ਨੇ ਅਖਾੜੇ ਵਿੱਚ ਆਦਿ ਨੇ ਅਖਾੜੇ ਵਿੱਚ ਯਾਰੋ ਮਿਹਨਤਾਂ ਦੇ ਵਿੱਚ ਰਹੇ ਕੁਸ਼ਤੀ ਬਾਬਾ 10 ਮਿੰਟ ਦਾ ਮੈਂ ਦੇ ਦੇਗਾ ਬੇ ਹੈਲੋ ਪਰਮਾ ਸਾਊਂਡ ਮੇਰਾ ਜੀਰ ਸੰਪਰਕ ਕਰੀ ਮੇਰੇ ਨਾਲ ਆ ਕੇ ਬਹੁਤ ਵਧੀਆ ਸਾਊਂਡ ਹੈ 10 15 ਮਿੰਟ ਦੀ ਵੀਰ ਜੀ ਹੋਰ ਗੱਲ ਹੈ ਜਰੂਰ ਚੈੱਕ ਕਰਿਓ ਮੇਰੇ ਵਾਲਾ ਮਾਈਕ ਸ਼ਾਨਦਾਰ ਚੱਲਦੀ ਹੋਈ ਇਨਾ ਮੱਲਾ ਦੇ ਦਰਮਿਆਨ ਕੁਸ਼ਤੀ ਲੱਗਿਆ ਹੋਇਆ ਮਾਣਾ ਮੂਹੀ ਜ਼ੋਰ ਕਿ ਜਿਵੇਂ ਫਲ ਨਿਕਲਦਾ ਖਰਾਚਾ ਏਵੇਂ ਜਿੱਤ ਨਿਕਲਦੀ ਹਾਰਾ ਚਾ ਹਲੋ ਹਲੋ ਟੋਲੀ ਜੀ ਬਹੁਤ ਬਹੁਤ ਧੰਨਵਾਦ ਆ ਟੋਲੀ 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 ਲਾਓ ਉਹਦੇ ਧੰਨਵਾਦ ਕਰਦਾ ਸਾਡੇ ਕੋਕੀ ਵੀਰ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਅੱਜ ਦੇ ਦੰਗਲ ਵਿੱਚ ਜੜੀ ਆਲਟੋ ਗੱਡੀ ਦਿੱਤੀ ਜਾਣੀ ਹੈ ਸੱਚਖੰਡ ਵਾਸੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੋਇਆਂ ਦੀ ਮੰਡੀ ਵਾਲੇ ਮਹਾਪੁਰਸ਼ ਅਤੇ ਸੱਚਖੰਡ ਵਾਸੀ ਪ੍ਰੀਤਮ ਸਿੰਘ ਜੀ ਮਹਾਪੁਰਸ਼ ਮੋਯਾਂਦੀ ਮੰਡੀ ਵਾਲੇ ਉਹਨਾਂ ਮਹਾਪੁਰਸ਼ਾਂ ਦੀ ਯਾਦ ਦੇ ਵਿੱਚ ਅੱਜ ਦੇ ਦੰਗਲ ਦੇ ਵਿੱਚ ਬਾਈ ਗੱਗੂ ਗਿੱਲ ਉਹਨਾਂ ਦੇ ਵੱਲੋਂ ਉਹਨਾਂ ਦੇ ਪਰਿਵਾਰ ਦੇ ਵੱਲੋਂ ਜਿਹੜੀ ਇਹ ਆਲਟੋ ਗੱਡੀ ਦਿੱਤੀ ਜਾਣੀ ਹੈ ਕਿਉਂਕਿ ਵੱਡਾ ਆਸ਼ੀਰਵਾਦ ਹੈ ਮਹਾਪੁਰਸ਼ਾਂ ਦਾ ਗਿੱਲ ਪਰਿਵਾਰ ਦੇ ਉੱਪਰ ਮੈਂ ਬੇਨਤੀ ਕਰਦਾ ਇੱਕ ਵਾਰ ਮਹਾਪੁਰਸ਼ਾਂ ਦੇ ਨਾਮ ਤੇ ਤਾੜੀ ਲਾ ਦਿਓ ਸਾਰੀ ਸੰਗਤ ਨੂੰ ਬੇਨਤੀ ਆਪਣਾ ਕੀ ਜੁਰਦਾਰ ਬਹੁਤ ਬਹੁਤ ਧੰਨਵਾਦ ਹੈ ਤਾੜੀਆਂ ਮਾਰ ਦਿਓ ਮਹਾਪੁਰਸ਼ਾਂ ਦੇ ਨਾਤੇ ਸੰਤ ਬਾਬਾ ਹੈਲੋ ਸੰਤ ਬਾਬਾ ਅਜੈਪ ਸਿੰਘ ਜੀ ਫਕਰ ਮੋਹਾਂ ਦੀ ਮੰਡੀ ਵਾਲੇ ਉੱਚੇ ਦਰ ਤੇ ਪੁੱਜੇ ਹੋਏ ਆ ਹੈਲੋ ਬਹੁਤ ਬਹੁਤ ਧੰਨਵਾਦ ਹੈ ਹਾਂਜੀ ਲਓ ਜਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਆ ਪਾਜੀ ਇਹਦੀ ਵੀ ਖੋਲੋ ਆਵਾਜ਼ ਆ ਸਾਊਂਡ ਵਾਲਿਆਂ ਨੂੰ ਬੇਨਤੀ ਆ ਖੁੱਲਦੀ ਆਵਾਜ਼ ਹੋਰ ਲਓ ਐਸ ਸਮੇਂ ਦੇਖਦੇ ਹਾਂ ਕੌਣ ਜਿੱਤਦਾ ਕੌਣ ਹਰਦਾ ਹੈ ਕਹਿੰਦਾ ਐਸਾ ਕਰਨਾ ਜਲਵਾ ਛੇਤੀ ਮੂਹਰੇ ਸ਼ਕਲਾ ਆਉਣਗੀਆਂ ਉਹ ਪੈਰ ਕਸਾਈ ਜਾਂਦੇ ਆ ਕਸ-ਕਸ ਕੇ ਅਕਲਾ ਆਉਣਗੀਆਂ ਕਾਦੋ ਕਿਸੇ ਨੂੰ ਉੱਠਣ ਦਿੱਤਾ ਓਏ ਚੰਦਰੇ ਹਲਾਤਾ ਨੇ ਵੇਖੀ ਚੱਲ ਤੂੰ ਵੇਖੀ ਚੱਲ ਹਾਲੇ ਤਾਂ ਸ਼ੁਰੂਆਤਾਂ ਨੇ ਵੇਖੀ ਚੱਲ ਤੂੰ ਵੇਖੀ ਚੱਲ ਹਾਲੇ ਤਾਂ ਸ਼ੁਰੂਆਤਾਂ ਨੇ ਸ਼ਾਨਦਾਰ ਇੱਕ ਇੱਕ ਮਿੰਟ ਦਾ ਸਮਾਂ ਦਿਓ ਲਾਓ ਇੱਕ ਵਾਰ ਮੈਂ ਬੇਨਤੀ ਕਰਦਾ ਟੋਲੀ ਜੀ ਟੋਲੀ ਜੀ ਇੱਕ ਮਿੰਟ ਢੋਲ ਬੰਦ ਕਰਿਓ ਬਾਬਾ ਦੀਪਾ ਜੀ ਗੱਦੀ ਨਸ਼ੀਨ ਸ਼ੇਰਗੜ ਫਲਾਹੀ ਵਾਲੇ ਬਾਬਾ ਜੀ ਨੂੰ ਬੇਨਤੀ ਇੱਕ ਵਾਰ ਸਲਾਮੀ ਦਿਓ ਬਾਬਾ ਜੀ ਖਾੜੇ ਨ ਉੱਟ ਕੇ ਬਾਬਾ ਦੀਪਾ ਜੀ ਗੱਦੀ ਨਿਸ਼ੀਨ ਸ਼ੇਰਗੜ ਫਲਾਈ ਵਾਲੇ ਮਹਾਂਪੁਰਸ਼ਾ ਜਿਨ੍ਹਾਂ ਨੇ ਆਜ ਦੇ ਦੰਗਲ ਵਿੱਚ ਜੋੜ ਅਮਰ ਉਹਨਾਂ ਦੀ ਸੇਵਾ ਨਵਾਈ ਤੇ ਕੁਸ਼ਤੀਆਂ ਬੰਨ੍ਹੀਆਂ ਬਾਬਾ ਜੀ ਕਿੱਧਰ ਚਲੇ ਗਏ ਜੀ ਬਾਹਰ ਨੇ ਜੀ ਚਲੋ ਆ ਜਾਣ ਤੋਂ ਕੋਈ ਨਹੀਂ ਉਹ ਆਗੇ ਜਾ ਕੇ ਬਾਬਾ ਜੀ ਆਇਓ ਮਾੜੇ ਇੱਥੋਂ ਹੀ ਬਚਨੋ ਜੀ ਖੜੇ ਦਿਓ ਮਾੜਾ ਵਿਚਾਲੇ ਜਿਹਨੂੰ ਆ ਜਿਓ ਲਾਓ ਦਰਸ਼ਕੋ ਇਹ ਉਹ ਸ਼ਖਸੀਅਤ ਹੈ ਜਿਹੜੇ ਆਪ ਵੀ 50 ਲੱਖ ਦੇ ਬਜਟ ਦਾ ਦੰਗਲ ਕਰਾਉਂਦੇ ਆ ਸਾਲ ਦੇ ਵਿੱਚ ਦੋ ਵਾਰ ਇੱਕ ਵਾਰ ਤਾੜੀਆਂ ਲਾਓ ਜੇ ਕੁਸ਼ਤੀਆਂ ਨਾਲ ਆਨੰਦ ਆ ਜਿੰਨੇ ਵੀ ਵੱਡੇ ਵੱਡੇ ਦੰਗਲ ਹੁੰਦੇ ਆ ਬਾਬਾ ਜੀ ਦੀ ਦੇਖ ਰੇ ਕਿਦੇ ਵਿੱਚ ਕਰਵਾਏ ਜਾਂਦੇ ਆ ਅੱਜ ਪੰਮੂ ਵੀਰ ਉਹਨਾਂ ਵੱਲੋਂ ਹਾਂਜੀ ਜੱਸੀ ਜੀ ਬੜਾ ਮਾਨ ਸਨਮਾਨ ਕੀਤੇ ਗਏ ਬਾਬਾ ਜੀ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਹਾਂਜੀ ਜੱਸੀ ਜੀ 3 3000 ਰੁਪਇਆ ਕਰ ਦਿੱਤਾ ਗਿਆ ਗੱਗੂ ਗਲਡਵਈ ਵੱਲੋਂ ਕੋਕੀ ਦੀਪ ਵੱਲੋਂ ਇਹੜਾ ਵੀ ਪਹਿਲਵਾਨਾਂ ਦੇ ਲਈ ਜਿਹੜੇ ਕੁਸ਼ਤੀ ਲੜ ਰਹੀ ਆ 3 3000 ਦਿੱਤੇ ਜਾਣਗੇ 6000 ਰੁਪਇਆ ਇਹਨਾਂ ਵੀਰਾਂ ਵੱਲੋਂ ਸਪੈਸ਼ਲ ਨਾਮ ਜਿਹੜਾ ਪੁੱਜਦਾ ਕਰ ਦਿੱਤਾ ਗਿਆ 6 ਰੁਪਇਆ 6000 ਦੋਨੇ ਮਲਾਂ ਨੂੰ ਦਿੱਤਾ ਜਾਣਾ 3-3000 ਰੁਪਿਆ ਇਹ ਨੋਟ ਕਰਿਓ ਵਾਹ ਬਈ ਵਾਹ ਲਓ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਪਹਿਲਵਾਨਾਂ ਦੇ ਦਰਮਿਆਨ ਬੱਲੇ 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 ਅਜੇ ਤੇ ਮਿਰਜਾ ਅਜੇ ਤੇ ਮਿਰਜਾ ਕਹਿੰਦਾ ਖਾਤਰ ਅਣਖ ਤੇ ਸੱਚ ਲਈ ਮਰਨ ਜਿਹੜੇ ਉਹ ਸੂਰਮੇ ਮੱਦ ਦਲੇਰ ਹੁੰਦੇ ਉਹ ਪੀਕੇ ਮਫਤ ਦੀ ਘਰੇ ਖਰੂਦ ਪਾਉਂਦੇ ਉਹ ਤੇ ਮਿੱਤਰੋ ਮਿੱਟੀ ਦੇ ਸ਼ੇਰ ਹੁੰਦੇ ਕੀ ਵੇਖਣਾ ਬੱਕਰੀਆਂ ਤੇ ਭੇਡਾਂ ਦਾ ਵੇਖਣ ਵਾਲੇ ਤਾਂ ਸਾਨਾ ਦੇ ਭੇੜ ਹੁੰਦੇ ਵੇਖਣ ਵਾਲੇ ਤਾਂ ਸਾਨਾ ਦੇ ਭੇੜ ਹੁੰਦੇ ਵੇਖਣ ਵਾਲੇ ਤਾਂ ਸਾਨਾ ਦੇ ਭੇੜ ਹੁੰਦੇ ਸਾਨਾ ਦੇ ਭੇੜ ਕੰਦੇ ਅੱਜ ਲੈੜੀਆਂ ਦੀ ਧਰਤੀ ਤੇ ਸ਼ਾਨਦਾਰ ਜਿਹੜਾ কুਸਤੀ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲਾਓ ਉਧਰ ਬੇਨਤੀ ਆ ਬਈ ਪਹਿਲਵਾਨਾਂ ਨੂੰ ਕਿ ਬਲਟ ਦੇਣਾ ਹੈ কুਸਤੀ ਆਰ ਬਾਰ ਦੀ ਕਰਾਉਣੀ ਆ ਦੋਨੇ ਵੱਲੋਂ ਨੋਟ ਕਰਿਓ ਪਲੀਜ਼ ਬੇਨਤੀ ਆ ਕੋਈ ਛੱਟਾਬਾੜੀ ਵਾਲੀ কুਸਤੀ ਦਿਖਾਓ ਲਗਲਗਈ ਵਾਲੀ কুਸਤੀ ਇਹ ਪੰਮੂ ਵੀਰ ਉਹਨਾਂ ਵੱਲੋਂ ਬੇਨਤੀ ਹੈ ਕਿਉਂਕਿ ਅਗਲੇ ਸਾਲਾਂ ਦੇ ਲਈ ਵੀ ਬੁੱਲਟ ਬੋਲਦੇ ਪਰਿਵਾਰ ਨੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਦੇਖਾਂਗੇ ਕੌਣ ਜਿੱਤਦਾ ਕੌਣ ਹਰਦਾ ਕਹਿੰਦਾ ਨਾ ਤੁੱਪਾਂ ਦੇ ਵਿੱਚ ਸੜਦੇ ਆਂ ਨਾ ਬਚੂਸਿਆਲਾ ਠਰਦੇ ਆਂ ਜਦ ਪਾਠੀ ਬੋਲੇ ਤੜਕੇ ਨੂੰ ਦਿਨ ਰਾਤ ਮਿਹਨਤਾਂ ਕਰਦੇ ਆ ਉਹ ਪੱਟਾਂ ਦੇ ਨਾਲ ਪੱਟ ਨੇ ਕਹਿੰਦੇ ਨਾਲੇ ਡੌਲੇ ਹਾਮੀ ਭਰਦੇ ਆਂ ਦਾ ਕਿਹੜੇ ਕਿਹੜੇ ਕੁਸ਼ਤੀ ਦੇ ਉਸਤਾਦਾਂ ਕੋਲੋਂ ਪੜਦੇ ਆਂ ਸੁਣ ਸੋਨੂ ਕਿਰਲਗੜ ਵਾਲਿਆ ਆਪ ਪੰਜਾਬ ਦੇ ਸੂਰਜ ਚੜਦੇ ਆ ਇਹ ਪੰਜਾਬ ਦੇ ਸੂਰਜ ਚੜਦੇ ਆ ਪੰਜਾਬ ਦੇ ਇਹਨੇ ਚੜਦੇ ਸੂਰਜ ਪੰਜਾਬ ਦੇ ਪਰ ਧਰਤੀ ਪੰਜਾਬ ਦੀ ਹੈ ਇੱਕ ਪਹਿਲਵਾਨ ਹਰਿਆਣੇ ਦਾ ਤੇ ਦੂਸਰਾ ਈਰਾਨ ਵਾਲਾ ਏ ਤੇ ਦੂਸਰਾ ਈਰਾਨ ਵਾਲਾ ਪਹਿਲਵਾਨ ਹੈ ਮਿਰਜ਼ਾ ਈਰਾਨੀ ਸਮੇਂ ਦੀਆਂ ਬਾਤਾਂ ਦੋਨਾਂ ਮੱਲਾਂ ਦੇ ਦਰਮਿਆਨ ਇੱਕ ਪਾਸੇ ਬਾਬਾ ਦੀਪਾ ਜੀ ਗੱਦੀ ਨਿਸ਼ੀਨ ਸ਼ੇਰਗੜ ਫਲਾਹੀ ਵਾਲੇ ਮਹਾਂਪੁਰਸ਼ਾਂ ਨੂੰ ਬਿੰਦੀ ਹੈ ਉਹਨਾਂ ਦਾ ਮਾਨ ਸਨਮਾਨ ਬਾਈ ਕੋਕੀ ਵੀਰ ਉਹਨਾਂ ਵੱਲੋਂ ਆ ਗੱਗੂ ਗੱਲ ਨੂੰ ਉਹਨਾਂ ਵੱਲ ਕੀਤਾ ਜਾ ਰਿਹਾ 5100 ਦੇ ਨਾਲ ਬਾਬਾ ਜੀ ਨੂੰ ਬੇਨਤੀ ਆਪਣਾ ਮਾਨ ਸਨਮਾਨ ਪ੍ਰਾਪਤ ਕਰਿਓ ਮਾਪਾ ਜੀ ਅੱਗੇ ਜੱਸੀ ਜੀ ਬਾਬਾ ਜੀ ਤੁਹਾਡੇ ਕੋਲ ਹੀ ਬੈਠੇ ਆ ਬਾਬਾ ਦੀਪਾ ਜੀ ਵਿਸ਼ੇਸ਼ ਸਨਮਾਨ 5100 ਦੀ ਨਗਦ ਰਕਮ ਦੇ ਨਾਲ ਇੱਕ ਮਾਨ ਸਨਮਾਨ ਹੋਣਾ ਹੈ ਬਹੁਤ ਬਹੁਤ ਧੰਨਵਾਦ ਕਰਨੇ ਆ ਇਹ ਗੱਗੂ ਗੱਲ ਸਾਡਾ ਵੀਰ ਹੈ ਜਸਪਰਾ ਦੇ ਵੱਲੋਂ ਅੱਜ ਗੱਡੀ ਜਿਹੜੀ ਐਲਟੋ ਦਿੱਤੀ ਜਾਣੀ ਹੈ ਤੇ ਸਾਡਾ ਕੋਕੀ ਦੀਪ ਵੀਰਾ ਇਹਨਾਂ ਵੀਰਾਂ ਦੇ ਵੱਲੋਂ ਬਾਬਾ ਦੀਪਾ ਜੀ ਦਾ 5100 ਦੇ ਨਾਲ ਇਹ ਮਾਨ ਸਨਮਾਨ ਹੋਣ ਲੱਗਿਆ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ 5100 ਦੇ ਨਾਲ ਮਾਨ ਸਨਮਾਨ ਕੀਤਾ ਗਿਆ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਸ਼ਾਮ ਦਾ ਚੱਲਦੀ ਹੋਈ ਕੁਸ਼ਤੀ ਵੱਡੇ ਮਾਨ ਸਨਮਾਨ ਜਿਹੜੇ ਬਾਬਾ ਦੀਪਾ ਜੀ ਦੇ ਕੀਤੇ ਜਾ ਰਹੇ ਹੈ ਦੀਪਾ ਬਾਬਾ ਜੀ ਸ਼ੇਰਗਰ ਫੜਾ ਹੀ ਤਾਂ ਜਿੰਨੇ ਵੀ ਪੰਜਾਬ ਦੇ ਵਿੱਚ ਕੁਸ਼ਤੀ ਜੰਗਲ ਹੁੰਦੇ ਆ ਪੰਜਾਬ ਵਿੱਚ ਹਰਿਆਣਾ ਵਿੱਚ ਹਿਮਾਚਲ ਵਿੱਚ ਸਭ ਦੀ ਦੇਖ ਲਈ ਕਿ ਬਾਬਾ ਜੀ ਵੱਲੋਂ ਕੀਤੀ ਜਾਂਦੀ ਹੈ ਵੱਡੇ ਮਾਨ ਸਨਮਾਨ ਜਿਹੜੇ 5100 ਦੇ ਨਾਲ ਵੱਡਾ ਧੰਨਵਾਦ ਹੈ ਸਾਡੇ ਪਰਿਵਾਰ ਦਾ ਜਿਹੜਾ ਵੀਰਾਂ ਵੱਲੋਂ ਬੁਲਟ ਮੋਟਰਸਾਈਕਲ ਦਿੱਤਾ ਜਾਣਾ ਪੰਮੂ ਸਾਡਾ ਵੀਰ ਮਧੂ ਸਾਡਾ ਵੀਰ ਜਿਹੜਾ ਵੀਰਾਂ ਵੱਲੋਂ ਦਿਲ ਖੋਲ੍ਹ ਕੇ ਜਿੱਥੇ ਪਹਿਲਵਾਨਾਂ ਨੂੰ ਮਾਇਦੇ ਗਫੇ ਦਿੱਤੇ ਗਏ ਹੈ ਉੱਥੇ ਬੁਲਟ ਮੋਟਰਸਾਈਕਲ ਅੱਜ 2 ਨੰਬਰ ਦੀ ਝੱਡੀ ਦੇ ਉੱਤੇ ਦਿੱਤਾ ਜਾਵੇਗਾ ਇਹਨਾਂ ਵੀਰਾਂ ਦਾ ਵੀ ਵੱਡਾ ਧੰਨਵਾਦ ਹੈ 1 ਨੰਬਰ ਦੀ ਜਿਹੜੀ ਬਹੁਤ ਧੰਨਵਾਦ ਕਰਦਾ ਹਰਮਿੰਦਰ ਸਿੰਘ ਜੀ ਟਾਈ ਪ੍ਰਧਾਨ ਜ਼ਿਲ੍ਹਾ ਪਲਾਨਿੰਗ ਬੋਰਡ ਚੇਚੇਦਰ ਤੋਂ ਪਹੁੰਚਿਆ ਸਤਨਾਮ ਸਿੰਘ ਜੀ ਨਾਗਰਾ ਸਾਹਿਬ ਜਸਵੀਰ ਸਿੰਘ ਜੀ ਗਿੱਲ ਦਰਸ਼ਵੀਰ ਸਿੰਘ ਜੀ ਪਾਵਲਾ ਸਾਹਿਬ ਸਤ ਸਤ ਸਰਦਾਰ ਕਰਵਿੰਦਰ ਸਿੰਘ ਜੀ ਜਟਪੁਰਾ ਨਰਿੰਦਰ ਕੁਮਾਰ ਜੀ ਤੇ ਚੇਤੇ ਤੌਰ ਤੇ ਪੁਜਿਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਵੀਰ ਅਜ ਕਰੀ ਹੋਣ ਹੈਲੋ ਕਰੀਏ ਕਰੀਏ ਪਾ ਜੀ ਦੋਨਾਂ ਪਹਿਲਵਾਨਾਂ ਦੇ ਲਈ ਜਸੀ ਜੀ 8000 ਕਰ ਦਿੱਤਾ ਗਿਆ 4-4000 ਰੁਪਇਆ 8000 ਦੋਨੇ ਮੱਲਾਂ ਨੂੰ 8000 ਦੋਨਾਂ ਮੱਲਾਂ ਦੇ ਲਈ ਜਿੰਨੇ ਭਾਵੇਂ ਹਰੇ ਦੋਨਾਂ ਨੂੰ 8000 ਜਿਹੜਾ ਦਿੱਤਾ ਜਾਣਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗੂਗਲ ਤੇ ਨਾਲ ਸਾਡਾ ਵੀਰ ਕੋਕੀ ਦੀਪ ਸ਼ਾਨਦਾਰ ਕੁਸ਼ਤੀ ਇੱਕ ਨੰਬਰ ਦੀ ਜਿਹੜੀ ਛੰਡੀ ਦੀ ਕੁਸ਼ਤੀ ਹੋਣੀ ਹੈ ਉਹ ਵੀ ਮਾਲ ਜਿਹੜੇ ਤਿਆਰ ਵਰ ਤਿਆਰ ਰਹਿਣਗੇ ਕਿਉਂਕਿ ਬਹੁਤ ਵਧੀਆ ਪ੍ਰਬੰਧ ਬਾਡੀ ਗਿਣਤੀ ਚ ਸੰਗਤ ਬੁੱਧੀ ਹੋਈ ਹੈ ਅੱਜ ਲੈੜੀਆਂ ਦੀ ਧਰਤੀ ਹੈ ਜਿਲ੍ਹਾ ਰੋਪੜ ਦੀ ਧਰਤੀ ਹੈ ਜੇ ਗੱਲ ਕਰੀਏ ਜਿਲ੍ਹਾ ਰੋਪੜ ਚੱਪਾ ਚੱਪਾ ਧਰਤੀ ਜਿਹੜੀ ਗੁਰੂ ਸਾਹਿਬਾਨ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਚੱਪਾ ਚੱਪਾ ਧਰਤੀ ਦੇ ਉੱਤੇ ਹੈਲੋ ਬਹੁਤ ਬਹੁਤ ਧੰਨਵਾਦ ਕਰਦਾ ਗੱਗੂ ਵੀਰ ਉਹਨਾਂ ਵੱਲੋਂ 2100 ਦੇ ਨਾਲ ਸੋਹੀ ਦੇ ਵੀ ਮਾਨ ਸਮਾਨ ਕੀਤੇ ਗਿਆ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ 8000 ਜਿਹੜਾ ਆ ਕੁਸ਼ਤੀ ਉੱਪਰ ਲੱਗਿਆ ਹੋਇਆ ਗੱਗੂ ਨਾਲ ਵੱਲੋਂ 8000 ਤੇ ਬੜਾ ਧੰਨਵਾਦ ਕਰਦੇ ਆ ਬਾਈ ਆ ਮੰਦੂ ਵੀਰ ਉਹਨਾਂ ਦਾ ਬੜਾ ਧੰਨਵਾਦ ਕਰਦੇ ਆ ਪੰਮੋ ਗੱਲ ਉਹਨਾਂ ਦਾ ਨਾਲੇ ਨਾ ਬੋਲਾ ਲਈ ਵੱਡੇ ਮਾਨ ਪੁੱਜਦੇ ਹੋਇਆ ਤੇ ਅੱਜ ਦੇ ਦੰਗਲ ਦੇ ਵਿੱਚ ਬੁਲਟ ਮੋਟਰਸਾਈਕਲ ਦੀ ਸੇਵਾ ਏ ਇਹਨਾਂ ਵੀਰਾਂ ਦੇ ਵੱਲੋਂ ਵਾਹ ਬਈ ਵਾਹ ਕਹਿੰਦਾ ਮੁੱਲ ਪਹਿਣ ਸਰੀਰਾਂ ਦੇ ਉਹ ਜਿਹਨਾਂ ਲਾਈਆਂ ਮਿਹਨਤ ਉੱਠ ਕੇ ਦਾ ਨਚੋਰ ਜਵਾਨਾਂ ਦਾ ਭਰਿਆ ਮੇਲਾ ਲੈ ਜਾਣ ਲੁੱਟ ਕੇ ਇਹ ਆੜੀਲ ਘੋੜੇ ਨੇ ਕਰ ਹੀ ਜਾਂਦੇ ਨੇ ਮਨਮਾਨੀ ਰਾਜੇ ਖੱਲੇ ਹਟ ਪਿੱਛੇ ਲੁੱਡੀਆਂ ਪਾਉਂਦੀ ਫਿਰੇ ਜਵਾਨੀ ਉਹ ਜਿੱਲ ਮਿਊਜ਼ੀਕਲ ਸੈਂਟਰ ਦਾ ਵੀ ਵਿਸ਼ੇਸ਼ ਤੌਰ ਤੇ ਵੱਡਾ ਧੰਨਵਾਦ ਕਰਦੇ ਆ ਆ ਵੱਡਾ ਪਿਆਰ ਹੈ ਭਾਈ ਗੱਗੂ ਉਹਨਾਂ ਦੇ ਨਾਲ ਸ਼ਾਨਦਾਰ ਚੱਲਦੀ ਹੋਈ ਕੁਸ਼ਤੀ ਉਧਰ ਉਧਰ ਸਾਡਾ ਵੀਰ ਓੰਕਾਰ ਕਾਰੀ ਰਕੜਾ ਟਾਹਾ ਵਾਲਾ ਲਾਈਵ ਜੁੜਿਆ ਕੁਸ਼ਤੀ ਦੰਗਲ ਦੇ ਨਾਲ ਬਾਈ ਪਾਲ ਯੂਕੇ ਦੇ ਵਿੱਚ ਆ ਜਿਹਦੇ ਵੱਲੋਂ 14 ਅਕਤੂਬਰ ਨੂੰ ਰਕੜਾ ਟਾਹਾਂ ਦੀ ਧਰਤੀ ਤੇ ਵੱਡਾ ਦੰਗਲ ਹੋਵੇਗਾ ਬਾਬਾ ਦੀਪਾ ਜੀ ਦੀ ਦੇਖ ਰੇਖ ਦੇ ਵਿੱਚ ਹਿੰਦੁਸਤਾਨ ਦੇ ਵੱਡੇ ਮੱਲ ਪੁੱਜਣਗੇ ਰਕੜਾ ਟਾਹਾਂ ਦੀ ਧਰਤੀ ਪਾਲ ਯੂਕੇ ਬਾਈ ਓੰਕਾਰ ਕਾਰੀ ਵੱਲੋਂ 14 ਅਕਤੂਬਰ ਦੇ ਲਈ ਖੁੱਲੇ ਸਤੇ ਆ ਨਾਲੇ ਜੱਸੀ ਵੀਰ ਸਾਡੇ ਵੀਰ ਕਮਾਰਤਾ ਸਰਵਜੀਤ ਸਿੰਘ ਜੀ ਕਮਾਰ ਯੂਐਸਏ ਸਰਜੀਤ ਸਿੰਘ ਜੀ ਖੰਡੂਪਰ ਯੂਐਸਏ ਨਾਲ ਸਾਡਾ ਵੀਰ ਮੋਹਣਾ ਯੂਐਸਏ 19 ਸਤੰਬਰ ਨੂੰ ਕਹਿੰਦੇ ਕਮਾ ਹੋਰ ਪਿੰਡ ਪਰਮ ਸਾਉਂਡ ਤੇ ਸਰਜੀਤ ਟੈਂਟ ਵਾਲਾ ਵੀਰ ਦੰਗਲ ਕਮੇਟੀ ਵੱਲੋਂ ਆਪਣਾ ਮਾਨ ਸਨਮਾਨ ਪ੍ਰਾਪਤ ਕਰੇ ਪਰਮ ਸਾਉਂਡ ਤੇ ਸਰਜੀਤ ਬਾਈ ਟੈਂਟ ਵਾਲਾ ਆਪਣੇ ਬੰਦੇ ਮਾਨ ਸਨਮਾਨ ਦੰਗਲ ਕਮੇਟੀ ਕੋਲੋਂ ਪ੍ਰਾਪਤ ਕਰੇ ਕਹਿੰਦਾ ਮਾਰੇ ਕਮਾਂ ਵਿੱਚ ਪੈਰ ਨਹੀਂ ਰੱਖੇ ਉਹ ਯਾਰ ਦਿਲਾਂ ਦੇ ਕੈਮਰੇ ਰੱਖੇ ਕਿ ਮੜ ਇੰਜਣ ਮੰਨਣੇ ਪੈਂਦੇ ਜਦੋਂ ਗਰਾਰੀ ਅੜਦੀ ਹੈ ਨਾ ਟੋਮੈਟਰ ਨਹੀਂ ਕਰਦੇ ਉਹ ਮੈਟਰ ਯਾਰੀ ਕਰਦੀ ਹੈ ਨਾ ਟੋਮੈਟਰ ਨਹੀਂ ਕਰਦੇ ਮੈਟਰ ਯਾਰੀ ਕਰਦੀ ਹੈ ਅਜੇ 2 ਮਿੰਟ ਬਾਕੀ ਆ ਜੀ 2 ਮਿੰਟ ਦਾ ਸਮਾਂ ਬਾਕੀ ਹੈ ਅੱਜ ਪੰਮੂ ਵੀਰ ਉਹਨੇ ਯਾਰੀਆਂ ਨਿਵਾ ਰਹੇ ਆ ਉਹਨਾਂ ਦੀ ਜ਼ਿੰਦਗੀ ਦੇ ਪਰਮ ਪਿਆਰੇ ਮਿੱਤਰ ਪੁੱਜੇ ਹੋਏ ਆ ਤੇ ਆਹ ਕੁਸ਼ਤੀ ਸਰੇ ਦੀ ਆ ਬਲਟ ਮੋਟਰਸਾਈਕਲ ਦੀ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਹਾਂਜੀ ਜੱਸੀ ਜੀ 9000 ਰਾਤੇ ਗਏ ਆ ਸਾਡੇ ਵੀਰ ਗੱਗੂ ਗਿੱਲ ਤੇ ਉਧਰ ਗੱਗੂ ਗਿੱਲ ਕਹਿੰਦਾ ਵੀ ਰੁਪਈਆ 9000 ਹੋ ਗਿਆ 9000 ਹੋ ਗਿਆ ਰੁਪਈਆ 45 4500 ਦਿੱਤਾ ਜਾਣਾ ਦੋਨੇ ਮੱਲਾਂ ਦੇ ਲਈ ਇਹ ਨੋਟ ਕਰਿਓ ਕਹਿੰਦਾ ਚਿਪ ਕੱਢ ਕੇ ਉਹ ਕਿਲ ਗੱਡ ਕੇ ਕੀਤੀ ਠੋਕ ਕੇ ਤਸੱਲੀ ਵਾਲੀ ਝੰਡ ਮਿੱਤਰ ਰਾਜੇ ਖੇਲੇ ਅੱਤ ਦਾ ਵੀ ਸੇਰਾ ਹੋ ਗਿਆ ਉਹ ਝੜ ਗਈ ਸਰੀਰਾਂ ਵਾਲੀ ਕੰਡ ਮਿੱਤਰੋ ਝੜ ਗਈ ਸਰੀਰਾਂ ਵਾਲੀ ਕੰਡ ਮਿੱਤਰੋ ਤੇ ਕੀ ਦੀਪ ਕਹਿੰਦਾ ਰੁਪਈਆ 10 ਹਜ਼ਾਰ ਤਾੜੀਆਂ ਮਾਰ ਦਿਓ 5000 ਦੋਨੇ ਮੱਲਾਂ ਦੇ ਲਈ ਉਧਰ ਸੋਨੂੰ ਬੰਗਾ ਸਾਡਾ ਵੀਰੋ ਵੀ ਲਾਈਵ ਜੁੜਿਆ ਹੋਇਆ ਹੈ ਕੁਸ਼ਤੀ ਦੰਗਲ ਦੇ ਨਾਲ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨੇ ਵੀ ਵੀਰ ਮੇਰੇ ਲਾਈਵ ਜੁੜੇ ਹੋਏ ਆ ਸਭ ਦਾ ਵੱਡਾ ਧੰਨਵਾਦ ਕਰਦੇ ਆ ਤੇ ਨਾਲੇ ਸਰਬਜੀਤ ਯੂ ਐਸ ਏ ਵਾਲਾ ਲਾਈਵ ਜੁੜਿਆ ਹੋਇਆ ਤੇ 19 ਤਰੀਕ ਕਮਾਉਰ ਦੇ ਦੰਗਲ ਦੀ ਹੈ ਤਹਿਸੀਲ ਬੜਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹੈ ਸਰਜੀਤ ਸਿੰਘ ਜੀ ਖੰਡੂ ਪਰ ਇੰਗਲੈਂਡ ਵਾਲੇ ਤੇ ਮੋਹਨ ਸਿੰਘ ਜੀ ਮਹਿਤਪੁਰ ਅਲਦਣੀ ਤੇ ਸਰਬਜੀਤ ਯੂ ਐਸ ਏ ਵਾਲਿਆਂ ਵੱਲੋਂ ਖੁੱਲੇ ਸੱਦੇ ਐ ਸੱਜਰ ਸੂਈਆਂ ਸੱਦੇ ਐ ਸੱਜਰ ਸੂਈਆਂ ਝੋਟੀਆਂ ਬੁਲਟ ਮੋਟਰਸਾਈਕਲ ਸੋਨੇ ਦੇ ਕੜੇ ਸੋਨੇ ਦੀਆਂ ਮੰਦਰੀਆਂ ਡਾਲਰਾਂ ਦੇ ਹਾਰ ਪਾਏ ਜਾਣਗੇ 19 ਸਤੰਬਰ ਪਿੰਡ ਕਮਾਰ ਤਹਿਸੀਲ ਬਲਾਚਰ ਜ਼ਿਲ੍ਹਾ ਸ਼ੀਰਪਗਤ ਸਿੰਘ ਨਗਰ ਤੇ 24 ਅਕਤੂਬਰ ਰਖੜਾ ਵਾਲਾ ਪਾਲ ਸਾਡਾ ਵੀਰ ਬਾਈ ਕੋਈ ਕਹਿੰਦਾ ਵੀ 11000 ਰੁਪਏ ਦਿੱਤਾ ਜਾਣਾ ਦੋਨੇ ਮੱਲਾਂ ਦੇ ਲਈ ਰੁਪਈਆ 55 5500 ਕਹਿੰਦਾ ਮੂਰੇ ਖੜ ਕੇ ਹੌਸਲਾ ਕਰਕੇ ਪੁੱਤਰਿਆ ਸਾਹ ਸਿੰਘਾਂ ਤੋਂ ਫੜ ਕੇ ਉਹ ਕਿਸੇ ਕਿਸੇ ਨੂੰ ਬਲ ਹੁੰਦਾ ਪੀਲਾ ਕੇ ਡੇਗਣ ਦਾ ਕਿ ਰਾਜੇ ਖੇਲੇ ਅਰਬ ਪੰਜਾਬੀ ਹੌਸਾ ਰੱਖਦੇ ਕੁਸ਼ਤੀ ਖੇਡਣ ਦਾ ਜਿਗਰਾ ਰੱਖਦੇ ਖੇਡਣ ਦਾ ਰਾਕੇ ਜਿਗਰੇ ਵਾਲੀ ਖੇਡ ਹੈ ਮਾਖੜ ਕੁਸ਼ਤੀ ਦਾ ਮਹਾਂ ਮੁਕਾਬਲਾ 19 ਤਰੀਕ ਬਲਾਚੌਰ ਏਰੀਆ ਦਾ ਵੱਡਾ ਦੰਗਲ ਹੈ ਕਮੌਰ ਦੀ ਧਰਤੀ ਪਰਮ ਸਾਊਂਡ ਆਪਣਾ ਮਾਸਮਾ ਲਵੇ ਬਾਬਾ ਦੀਪਾ ਜੀ ਦੀ ਦੇਖ ਰੇਖ ਦੇ ਵਿੱਚ ਵੱਡਾ ਦੰਗਲ ਇਹ ਕਮੌਰ ਦੀ ਧਰਤੀ ਤੇ ਹੋਵੇਗਾ ਜਿੱਥੇ ਜੱਸਾ ਪੱਟੋ ਨਾ ਵੱਲੋਂ 6-6000 ਰੁਪਿਆ ਦੋਨੇ ਮੱਲਾਂ ਦੇ ਲਈ 12000 ਹਾਂਜੀ ਜੱਸੀ ਜੀ ਜਿਹੜੀ ਇੱਕ ਨੰਬਰ ਦੀ ਚੰਡੀ ਦੀ ਕੁਸ਼ਤੀ ਹੋਣੀ ਹੈ ਸਿਕੰਦਰ ਸ਼ੇਖ ਤੇ ਪ੍ਰਦੀਪ ਜੀਰਕਪੁਰ ਉਹ ਵੀ ਮਲ ਆਪਣੇ ਆਪ ਨੂੰ ਬਾਰਮ ਬੱਪ ਕਰ ਲੈਣ ਇੱਕ ਪਾਸੇ ਪੰਜਾਬ ਦਾ ਬੱਬਰ ਸ਼ੇਰਾ ਜ਼ਿਲ੍ਹੇ ਰੋਪੜ ਦਾ ਮਾਲ ਉਹ ਮਲ ਅਖਾੜੇ ਦੇ ਵਿੱਚ ਆ ਜਿਓ ਟੋਲੀ ਵੀਰੇ ਮੜਾ ਮੱਠਮੱਠਾ ਹੋ ਜਿਓ ਲਓ 3 ਮਿੰਟ ਦਾ ਸਮਾਂ ਕੁਸ਼ਤੀ ਪੁਆਇੰਟ ਤੇ ਹੈ 10 ਮਿੰਟ ਦਾ ਸਮਾਂ ਤੇ ਕੁਸ਼ਤੀ ਪੁਆਇੰਟ ਤੇ ਹੈ ਕਹਿੰਦਾ ਹਾਂਜੀ 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 ਬੋਲੋ ਦੱச்சு ਜੀ ਦੱਸੋ ਜੀ ਠੀਕ ਹੈ ਜੀ ਭਾਈ ਜੇ ਪਹਿਲਵਾਨ ਬਾਹਰ ਜਾਂਦਾ ਤਾਂ ਉਹਦੇ ਖਿਲਾਫ ਪੁਆਇੰਟ ਦੇ ਦੇਣਾ ਪਹਿਲਵਾਨ ਨੋਟ ਕਰਿਓ ਲੰਗੋਟੇ 'ਚ ਹਾਥਰੀ ਪਾਉਣਾ ਦੋਨੇ ਪਹਿਲਵਾਨਾਂ ਨੇ ਪੁਆਇੰਟ ਤੇ ਕੁਸ਼ਤੀ ਹੈ ਨੋਟ ਕਰਾਂਗੇ ਦੋਨੋਂ ਮਲ ਲਓ ਚੱਲਦੀ ਹੋਈ ਕੁਸ਼ਤੀ ਇਹਨਾਂ ਨੌਜਵਾਨਾਂ ਦਰਮਿਆਨ ਕਹਿੰਦਾ ਗੁੰਦਵੇਂ ਸਰੀਰ ਹਿੱਕਾ ਗੱਜ ਗੱਜ ਚੌੜੀਆਂ ਪੁਆਇੰਟ ਤੇ ਕੁਸ਼ਤੀ ਸਰਦਾਰ ਕੁਲਵਿੰਦਰ ਸਿੰਘ ਜੀ ਸਰਦਾਰ ਦਲਵੀਰ ਸਿੰਘ ਜੀ ਉਹਨਾਂ ਵੱਲੋਂ ਇਹਨਾਂ ਪਈ ਬੋਲਣ ਤੋਂ ਖੁਸ਼ ਹੋ ਕੇ ਪਾਸੋਂ ਦੇ ਵੱਡੇ ਮਾਣ ਮੇਰੇ ਲਈ ਪੁੱਜਦੇ ਹੋਏ ਆ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਪੰਜਾਬੀ ਬੋਲਾਂ ਤੋਂ ਖੁਸ਼ ਹੋ ਕੇ ਪਾਸੋਂ ਦੇ ਵੱਡੇ ਮਾਣ ਪੁੱਜਦੇ ਹੋਏ ਆ ਝੰਡੀ ਦੀ ਵੱਡੀ ਕੁਸ਼ਤੀ ਵਾਲੇ ਦੋਨੋਂ ਪਹਿਲਵਾਨ ਸ਼ੇਖ ਪੁੱਜ ਗਿਆ ਹੈ ਪ੍ਰਦੀਪ ਜੀਰਕਪੁਰ ਜ਼ਿਲ੍ਹੇ ਰੋਪੜ ਦਾ ਮਾਣ ਹੈ ਕਹਿੰਦੇ ਕਕਰਾਲੀ ਪਿੰਡ ਹੈ ਪੰਜਾਬ ਪੁਸਟ ਦੇ ਵਿੱਚ ਥਾਣੇਦਾਰ ਹੈ ਨੌਜਵਾਨ ਲਾਓ ਉਧਰਲੇ ਪਾਸੇ ਕੁਸ਼ਤੀ ਪੁਆਇੰਟ ਤੇ ਆ ਕੁਸ਼ਤੀ ਪੁਆਇੰਟ ਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਹੈ ਅੱਜ ਇਸ ਦੰਗਲ ਦੇ ਵਿੱਚ ਬਲਟ ਮੋਟਰਸਾਈਕਲ ਦਿੱਤਾ ਜਾਣਾ ਹੈ ਵੱਡਾ ਧੰਨਵਾਦ ਕਰਦੇ ਆ ਭਾਈ ਮਤੂ ਨਿਊਜ਼ੀਲੈਂਡ ਜੱਸੀ ਜੀ ਭਾਈ ਰਾਣੂ ਕੈਨੇਡਾ ਤੇ ਭਾਈ ਪੰਮੋ ਗੱਲ ਉਹਨਾਂ ਦਾ ਹਾਂਜੀ ਬਾਜੀ ਕਰੀਏ ਉਹਨਾਂ ਜੱਸੀ ਜੀ ਥੋੜਾ ਘੁੰਮ ਫਿਰ ਕੇ ਆਪਾਂ ਥੋੜਾ ਘੁੰਮ ਫਿਰ ਕੇ ਕਿਉਂਕਿ ਪਿੱਛੇ ਪ੍ਰਬੰਧਕ ਕਮੇਟੀ ਬੈਠੀ ਹੈ ਜਿਆਨਾ ਐਡਾ ਵੱਡਾ ਜਿਹੜਾ ਇਹ ਕੁਸ਼ਤੀ ਦਾ ਅੰਗਰ ਕਰਾਇਆ ਸਾਰਿਆਂ ਨੇ ਜਰੂਰ ਦੇਖਣਾ ਆਪਾਂ ਘੁੰਮ ਕੇ ਮੇਲੇ ਆ ਦੇਖੀਏ ਭਾਈ ਚੱਲਦੀ ਆ ਕੁਸ਼ਤੀ ਓ ਬਲੇ 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 ਇੱਕ ਪਾਸੇ ਮਿਰਜਾ ਓਹੋ ਓਹੋ ਨਹੀਂ ਓ ਰੀਸਾ ਤੇ ਦੂਸਰੇ ਪਾਸੇ ਆ ਜੇ ਐ ਮਾਰਨ ਵਾਲਾ ਕੁਸ਼ਤੀ ਪੁਆਇੰਟ ਤੇ ਆ ਕਹਿੰਦਾ ਮੁੜਕਾ ਮੁੜਕੀ ਹੋ ਗਿਆ ਵੇਖੋ ਜੋਰ ਚੋਬਰਾਂ ਦਾ ਓ ਕੰਡਾ ਵੀ ਨਹੀਂ ਚੁਬਦਾ ਜਿਸਮਾਂ ਰਖ ਛੋਰ ਚੋਬਰਾਂ ਦਾ ਉਹ ਚੜਦੀ ਉਮਰ ਦਾ ਗਰਮ ਖੂਨ ਲਲਕਾਰੇ ਤਾਂ ਵੱਜਦੇ ਓ ਰਾਜੇ ਖੇਲੇ ਅੜਬ ਪੰਜਾਬੀ ਡਰ ਕੇ ਨਹੀਂ ਭੱਜਦੇ ਡਰ ਕੇ ਨਹੀਂ ਭੱਜਦੇ ਵਾਹ ਉਹ ਪੁਆਇੰਟ ਪੁਆਇੰਟ ਤੇ ਚਲਦੀ ਹੋਈ ਕੁਸ਼ਤੀ ਇਹ ਸ਼ਾਨਦਾਰ ਕੁਸ਼ਤੀ ਹੈ ਇੱਕ ਪਾਸੇ ਅਜੇ ਬਾਹਰ ਨ ਗੁਜਰ ਤੇ ਦੂਸਰੇ ਪਾਸੇ ਮਿਰਜ਼ਾ ਅਰਾਨ ਆਰਾਮ ਦੀਨ ਵਾਲਾ ਮਿਰਜਾ ਏ ਆਰਾਮ ਦੀ ਧਰਤੀ ਨੂੰ ਕੁਸ਼ਤੀ ਦੀ ਕਬੱਡੀ ਦੀ ਨਸਲੀ ਬੋਝਾ ਜਾਣਿਆ ਜਾਂਦਾ ਹੈ ਛੋਟੀ ਦੇ ਪਹਿਲਵਾਨ ਜਿਹੜੇ ਪੈਦਾ ਕੀਤੇ ਕਿ ਕਿ ਇਨਸਾਨ ਜਿਹੜੇ ਉੱਥੇ ਨੌਜਵਾਨ ਬਹੁਤ ਤਾਕਤਵਰ ਨੇ ਲੰਮੇ ਸੀਰਾਂ ਵਾਲੇ ਉੱਚੇ ਲੰਬੇ ਕੱਦ ਵਾਲੇ ਮਿਰਜਾ ਆਰਾਮ ਤੇ ਅਜੇ ਗੱਜਰ ਬਾਹਰ ਦੇ ਦਰਬਾਰ ਲਓ ਕੁਸ਼ਤੀ ਪੁਆਇੰਟ ਤੇ ਆ ਦੇਖਾਂਗੇ ਕੌਣ ਜਿੱਤਦਾ ਕੌਣ ਹਰਦਾ ਉਹ ਬੱਲੇ 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 ਕਹਿੰਦਾ ਕਾਲਜਿਕ ਵਿੱਚ ਬੰਦਾ ਚੰਟ ਹੋਣਾ ਚਾਹੀਦਾ ਗੋਸ਼ੀ ਚ ਯਾਰੋ ਕਰੰਟ ਹੋਣਾ ਚਾਹੀਦਾ ਕੁਸ਼ਤੀ ਲੜਾਈ ਗੱਲ ਆਮ ਮਹਿਲੀ ਵਾਲਿਆ ਹੁੰਦੇ ਸੂਰਮ ਜੋ ਕੌਮਾਂ ਪਿਛੇ ਲੜ ਜਾਂਦੇ ਨੇ ਉਹ ਮੀਣੀਆਂ ਦੀਆਂ ਤਾਂ ਬੱਲੇ ਟੱਕਰਾਂ ਹੀ ਹੁੰਦੀਆਂ ਸਿੰਘ ਕੁੰਡੀਆਂ ਦੇ ਮੱਲੋ ਮੱਲੀ ਅੜ ਜਾਂਦੇ ਨੇ ਸਿੰਘ ਕੁੰਡੀਆਂ ਦੇ ਲੈੜੀਆਂ 'ਤੇ ਅੜ ਜਾਂਦੇ ਨੇ ਸਿੰਘ ਕੁੰਡੀਆਂ ਦੇ ਲੈੜੀਆਂ 'ਤੇ ਕਿੱਤੇ ਆ ਗੁਸਤੀ ਦਾਓ ਫੈਸਲਾ ਬੱਲੇ 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 ਫੱਟ ਲੱਗਣ ਦੀ ਕੋਸ਼ਿਸ਼ ਕੀਤੀ ਹੈ ਮਿਰਚੇ ਨੇ ਪਰ ਦੂਸਰੇ ਪਾਸੇ ਅਜੇ ਗੁੱਜਰ ਨੇ ਬਚਾਓ ਕੀਤਾ ਹੈ ਅਜੇ ਗੁੱਜਰ ਨੇ ਬਚਾਓ ਕੀਤਾ ਹੈ ਕਹਿੰਦਾ ਮਾੜੀ ਗੱਲ ਤੇ ਸਰੀਰ ਗੁੱਸਾ ਇੰਜ ਫੜਦਾ ਉਹ ਚੰਗੇ ਰੋਡ ਤੇ ਸਪੀਡ ਜਾਂ ਫਰਾਰੀ ਫੜਦੀ ਉਹ ਕੰਮ ਕੰਮ ਮਿੱਤਰਾਂ ਦਾ ਕੋਈ ਨਾ ਅੜੇ ਸਾਡੀ ਜਿੱਥੇ ਅੜਦੀ ਗਰਾਰੀ ਅੜਦੀ ਅੜਦੀ ਏ ਜਿੱਥੇ ਵੀ ਗਰਾਰੀ ਅੜਦੀ ਆ ਗਰਾਰੀ ਅੜੀ ਹੋਈ ਐ ਜੱਸੀ ਸਿਆ ਪੰਜਾਬੀਆਂ ਅੜੀ ਹੋਈ ਐ ਪੰਜਾਬੀਆਂ ਦੀ ਗਰਾਰੀ ਅੜਦੀ ਐ ਕਿ ਦੰਦੇ ਨਵੀਆਂ ਗਰਾਰੀਆਂ ਦੇ ਭੋੜ ਦਿੰਦੇ ਆ ਉਹ ਇੱਕ ਵਾਰੀ ਜਿੱਥੇ ਹੱਥ ਜੋੜ ਦਿੰਦੇ ਆ ਦੰਦੇ ਨਵੀਆਂ ਗਰਾਰੀਆਂ ਦੇ ਭੋੜ ਦਿੰਦੇ ਆ ਅੱਧਾ ਮਿੰਟ ਜੀ ਅੱਧਾ ਮਿੰਟ ਬਲਾਂਜੀ ਅੱਧਾ ਮਿੰਟ ਬਾਕੀ ਆ ਚੱਲਦੀ ਕੁਸ਼ਤੀ ਦਾ ਅੱਧਾ ਮੈਂਟਾ ਬਾਕੀ ਐ ਲਓ ਦਰਸ਼ਕੋ ਜੇ ਆਨੰਦ ਆਇਆ ਤਾਂ ਇੱਕ ਵਾਰ ਤਾੜੀਆਂ ਲਾ ਦਿਓ ਖਿੱਚ ਕੇ ਮੱਲਾਂ ਲਈ ਜੱਸੀ ਸਿਆ ਬਾਬੇ ਨਾਨਕ ਵਾਲਾ 13000 ਕਰ ਦਿੱਤਾ ਗੱਗੂ ਗੋਲਡ ਬਈ ਤੇ ਕੋਕੀ ਦੀਪ ਨੇ ਉਧਰ ਗੱਗੂ ਨੇ ਵੀ ਸਿਰੇ ਲਾਉਣੇ ਐ ਕਹਿੰਦੇ ਰੁਪਈਆ 13000 ਕਰਤਾ 13000 ਕਰਤਾ ਭਰਾਵਾ ਨੇ ਉਹ ਵਾਹ ਬਈ ਵਾਹ ਉਹ ਨਹੀਂ ਉਹ ਰਿਸੌ ਲੈੜੀਆਂ ਵਾਲੇ ਟੋਡੀਆਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਹਾਂਜੀ ਜੱਸੀ ਜੀ ਚੰਨੇ ਵੀ ਐਨ ਆਰ ਆਈ ਵੀਰਾਂ ਇਸ ਨਗਰ ਦੇ ਜਿਨ੍ਹਾਂ ਨੇ ਇਸ ਦੰਗਲ ਨੂੰ ਬੁਲੰਦੀਆਂ ਤੇ ਲੈ ਗਏ ਦਰਸ਼ਕੋ ਇੱਕ ਵਾਰ ਐਨ ਆਰ ਆਈ ਵੀਰਾਂ ਦੇ ਨਾਂ ਤੇ ਤਾੜੀਆਂ ਲਾ ਦਿਓ ਬਣਾ ਗਈ ਯੋਰਦਾ ਯੋਰਦਾ ਤਾੜੀਆਂ ਮਾਰ ਦਿਓ ਜੱਸੀ ਜੀ ਇੱਕ ਗੱਲ ਦੇ ਵਧਾਈ ਦੇ ਪਾਤਰੀ ਹੈ ਤੇ ਇਹ ਨਹੀਂ ਬਰਾਬਰ ਜੀ ਕੁਸ਼ਤੀ ਦੱਸਿਓ ਜੀ ਕੀ ਫੈਸਲਾ ਹੈ ਕਰਤਾਰਜੀ ਦੱਸਿਓ ਕੀ ਫੈਸਲਾ ਸੰਤ ਜੀ ਬਰਾਬਰ ਹੀ ਤੇ ਤਾੜੀ ਮਾਰ ਦਿਓ ਆ ਬਈ ਜਿਆਰ ਚਾਬੀ ਹੈਗੇ ਚਾਬੀ ਫੜਾ ਦਿਓ ਪਲਾਂ ਚ ਨੂੰ ਹਾਂ ਵਾ ਐ ਫੜਾ ਦਿਓ ਪੱਜ ਪੰਮੂ ਬਾਜੀ ਆਜੇ ਭਾਈ ਕਰੋ ਹਾਂ ਬਾਦ ਵਾਤਨ ਵਾ ਸਾਡਾ ਵੀਰ ਪੰਮੋ ਕੁਵੈਤ ਵਾਲਾ ਅੱਜ ਦੇਸ ਬੁਲਟ ਮੋਟਰਸਾਈਕਲ ਦੀਆਂ ਚਾਬੀਆਂ ਫੜਾਉਂਦਾ ਹੋਇਆ ਨਾਲੇ ਮਿਰਜਾ ਪਹਿਲਵਾਨ ਜੀ ਆਜਿਓ ਮਿਰਜਾ ਨੂੰ ਫੋਟੋ ਕਰਾ ਲਓ ਮਿਰਜਾ ਮਿਰਜਾ ਪਹਿਲਵਾਨ ਜੀ ਰਾਨ ਕਰਾਓ ਜੀ ਫੋਟੋ ਕਰਾਓ ਯਾਦਗਾਰ ਤਸਵੀਰ ਉਸ ਤੋਂ ਬਾਅਦ ਸ਼ਕੰਦਰ ਸੇਖ ਤੇ ਪ੍ਰਦੀਪ ਪਹਿਲਵਾਨ ਗੱਡੀ ਕੋਲ ਆਜੋ ਨਾਲੇ ਗੱਗੂ ਵੀਰਣਾ ਨੂੰ ਬੇਨਤੀ ਹੈ ਗੱਗੂ ਗਿੱਲ ਵੀਰੋਣੀ ਗੱਡੀ ਦੇ ਕੋਲ ਆ ਜਾਣਗੇ ਬਾਤ ਬਾਤ ਧੰਨਵਾਦ ਸ਼ੁਕਰੀਆ ਜੀ ਆਜਾ ਫੋਟੋ ਵਾਲੇ ਵੀਰਣਾ ਨੂੰ ਬੇਨਤੀ ਇੱਧਰਲੇ ਪਾਸੇ ਆਜੋ ਹੁਣ ਗੱਡੀ ਵਾਲੇ ਪਾਸੇ ਭਾਈ ਗੱਗੂ ਗਿੱਲ ਤੇ ਭਾਈ ਕੋਕੀ ਦੀਪ ਉਹਨਾਂ ਨੂੰ ਬੇਨਤੀ ਹੈ ਸ਼ਿਕੰਦਰ ਸੇਖ ਇੱਕ ਮਿੰਟ ਭਾਜੀ ਇੱਕ ਮਿੰਟ ਮਾਣੇ ਖੁੱਲ ਕੇ ਜੇ ਇੱਕ ਮਿੰਟ ਇੱਕ ਮਿੰਟ ਗੱਗੂ ਵੀਰੇ ਤੁਸੀਂ ਉੱਪਰ ਆ ਜਾਓ ਗੱਗੂ ਗੱਗੂ ਵੀਰੇ ਵੇਰਾ ਸ਼ਿਕੰਦਰ ਸਿੰਘ ਪਹਿਲਵਾਨ ਜੀ ਆਜਿਓ ਸ਼ਿਕੰਦਰ ਸਿੰਘ ਇਹ ਕਿਹੜਾ ਉਲਟਨ ਲੱਗ ਗਿਆ ਯਾਰ ਆਜੋ ਬਾਬਾ ਜੀ ਦੋ ਚਾਰ ਕ ਬੰਦੇ ਆਜੋ ਪਰ ਸ਼ਿਕੰਦਰ ਸਿੰਘ ਪਹਿਲਵਾਨ ਤੇ ਪ੍ਰਦੀਪ ਪਹਿਲਵਾਨ ਵੀ ਨਾਲ ਆਜੋ ਚਲੋ ਕੋਕੀ ਵੀਰੇ ਹੋ ਜੋ ਉੱਪਰ ਚਾਬੀ ਦੇ ਦਿਓ ਜੀ ਵਾ ਗੱਡੀ ਦੀ ਚਾਬੀ ਨਾਲ ਫੋਟੋ ਕਰਾ ਲਿਓ ਬਾਤ ਬਾਤ ਧੰਨਵਾਦ ਮਹਾਪੁਰਸਨ ਦੀ ਯਾਦ ਵਿੱਚ